ਮੇਰੇ ਖਾਰ ਦੋਸਤੋ ਮੈਂ ਤੁਹਾਡਾ ਦੋਸਤ ਮਨਮੋਹ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਫੋਰੈਸਟ ਗਾਰਡ ਦਾ ਰਿਜ਼ਲਟ ਡਿਕਲੇਅਰ ਕਰ ਦਿੱਤਾ ਗਿਆ ਠੀਕ ਹੈ ਸਾਰਿਆਂ ਨੇ ਦੇਖ ਵੀ ਲਿਆ ਰਿਜ਼ਲਟ ਤੇ ਕਾਫੀ ਬੱਚੇ ਜਿਹੜੇ ਆਪਣੇ ਚੈਨਲ ਤੋਂ ਵੀ ਪੜੇ ਨੇ ਉਹਨਾਂ ਦਾ ਸਿਲੈਕਸ਼ਨ ਵੀ ਹੋ ਚੁੱਕਿਆ ਹੁਣ ਸਵਾਲ ਕੀ ਉੱਠ ਰਿਹਾ ਹੈ ਮੇਰੇ ਕੋਲ ਬਹੁਤ ਸਵਾਲ ਆ ਰਹੇ ਨੇ ਕਿ ਸਰ ਕਟ-ਆਫ ਫਾਈਨਲ ਕਟ-ਆਫ ਕੀ ਜਾਵੇਗੀ ਦੇਖੋ ਆਪਾਂ ਇੱਕ ਐਸਟੀਮੇਟ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਠੀਕ ਹੈ ਬਾਕੀ ਇੱਕ ਦੋ ਦਿਨ ਦੇ ਅੰਦਰ ਅੰਦਰ ਹੈ ਜਿਹੜੀ ਕਟ-ਆਫ ਦੀ ਲਿਸਟ ਵੀ ਇਹ ਜਾਰੀ ਕਰ ਦੇਣਗੇ ਤਾਂ ਆਪਾਂ ਪ੍ਰੋਪਰ ਸ਼ੋਰ ਹੋ ਜਾਵਾਂਗੇ ਬਾਕੀ ਜਨਰਲ ਕੈਟਾਗਰੀ ਦੀ ਕਟ-ਆਫ ਦੀ ਗੱਲ ਕਰੀਏ ਇਸ ਲਿਸਟ ਦੇ ਅਕੋਰਡਿੰਗ ਜਿੰਨੇ ਪਰਸੈਂਟੇਜ ਦੇ ਬੱਚੇ ਬਣਦੇ ਨੇ ਹਨਾ ਤੇ ਇਸ ਲਿਸਟ ਦੇ ਅਕੋਰਡਿੰਗ ਮੋਸਟਲੀ ਜਨਰਲ ਦੀ ਕਿੰਨੀ ਜਾ ਸਕਦੀ ਹੈ ਤਾਂ ਜਨਰਲ ਦੀ ਜਾਵੇਗੀ 65 ਤੱਕ ਠੀਕ ਹੈ 65% ਤੋਂ ਲੈ ਕੇ ਆਪਾਂ ਮਤਲਬ ਕਿ 60 ਤੋਂ 65% ਦੇ ਵਿਚਕਾਰ ਹੈ ਜਿਹੜੀ ਇਹ ਕੈਂਡੀਡੇਟਰ ਨੇ ਜਨਰਲ ਇਹ ਸੇਫ ਨੇ ਓਕੇ ਜੇ ਤੁਸੀਂ ਜਨਰਲ ਕੈਟਾਗਰੀ ਤੋਂ ਸਬੰਧਿਤ ਹੋ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਆਪਣੇ ਜਿੰਨੀ ਪਰਸੈਂਟੇਜ ਮਾਰਕਸ ਬਣਦੇ ਨੇ ਉਹ ਕਮੈਂਟ ਜਰੂਰ ਕਰ ਦਿਓ ਤੇ ਐਸਸੀਐਸਟੀ ਦੀ ਗੱਲ ਕਰੀਏ ਐਸਸੀਐਸਟੀ ਦੀ ਗੱਲ ਆਪਾਂ ਇੱਕ ਐਸਟੀਮੇਟ 55 55 ਤੋਂ 60 ਠੀਕ ਹੈ 55 ਤੋਂ 60 ਜਿਨ੍ਹਾਂ ਦੇ ਇਹਨਾਂ ਕ ਨੰਬਰ ਬਣਦੇ ਨੇ ਉਹ ਫਿਲਹਾਲ ਸੇਫ ਨੇ ਉਹਨਾਂ ਨੂੰ ਅੱਗੇ ਤਿਆਰੀ ਫਿਜ਼ੀਕਲ ਦੀ ਕਰਨੀ ਸਟਾਰਟ ਕਰ ਦੇਣੀ ਚਾਹੀਦੀ ਹੈ ਤੇ ਹੁਣ ਸਵਾਲ ਇੱਕ ਇਹ ਵੀ ਆ ਰਿਹਾ ਕਿ ਫਿਜ਼ੀਕਲ ਟੈਸਟ ਕਿਵੇਂ ਹੁੰਦਾ ਉਸ ਦੇ ਰਿਗਾਰਡਿੰਗ ਮੈਂ ਪਹਿਲਾਂ ਹੀ ਵੀਡੀਓ ਬਣਾ ਦਿੱਤੀ ਆ ਉਹ ਜਾ ਕੇ ਵਿਜ਼ਿਟ ਕਰ ਲਓ ਪੂਰੀ ਡਿਟੇਲ ਵਿੱਚ ਸਟੈਪ ਬਾਈ ਸਟੈਪ ਤੁਹਾਨੂੰ ਪ੍ਰੋਸੈਸ ਸਮਝਾਇਆ ਹੋਇਆ ਓਕੇ ਜੇ ਹੋਰ ਵੀ ਕੋਈ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰਕੇ ਮੈਥੋਂ ਪੁੱਛ ਸਕਦੇ ਹੋ